ਕੀ ਹੁਣ ਭਾਰਤ ਵਿੱਚ ਬੰਦ ਹੋ ਜਾਵੇਗਾ ਵਟਸਐਪ? ਕਿਉਂ ਵਟਸਐਪ ਨੇ ਦਿੱਤੀ ਭਾਰਤ ਸਰਕਾਰ ਨੂੰ ਧਮਕੀ? ਕੀ ਕਾਰਨ ਹੈ ਕਿ ਭਾਰਤ ਸਰਕਾਰ ਅਤੇ ਵਟਸਐਪ ਕੋਰਟ ਕਚਹਿਰੀ ਪਹੁੰਚ ਗਏ? ਕੀ ਹੁਣ ਅਸੀਂ ਵਟਸਐਪ ਭਾਰਤ ਵਿੱਚ ਨਹੀਂ ਚਲਾ ਸਕਾਂਗੇ? ਕੀ ਹੈ ਅਨਕ੍ਰਿਪਸ਼ਨ ਮਾਮਲਾ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਦਿਆਂ ਇਸ ਵੀਡੀਓ ਰਾਹੀਂ। ਅੱਜ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਦਾ ਦੌਰ ਹੈ, ਹਰ ਕੋਈ ਇਸ ਨਾਲ ਜੁੜਿਆ ਹੋਇਆ ਹੈ। ਤੜਕਸਾਰ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਤਾਂ ਬਿਨਾਂ ਮੂੰਹ ਧੋਤੇ ਅਤੇ ਬਿਨਾਂ ਕੁਛ ਖਾਧੇ ਪੀਤੇ ਸਿੱਧਾ ਮੋਬਾਈਲ ਚੱਕਦੇ ਹਾਂ ਅਤੇ ਪਹੁੰਚ ਜਾਂਦੇ ਹਾਂ ਸਾਡੇ ਵਟਸਐਪ 'ਤੇ ਅਤੇ ਚੈੱਕ ਕਰਦੇ ਹਾਂ ਕਿ ਕੋਈ ਜ਼ਰੂਰੀ ਕੰਮ ਦਾ ਮੈਸੇਜ ਤਾਂ ਨਹੀਂ ਆਇਆ। ਜ਼ਰੂਰੀ ਕੰਮ ਦਾ ਮੈਸੇਜ ਆਇਆ ਹੋਵੇ ਜਾਂ ਨਾ, ਪਰ ਸਾਡੇ ਰਿਸ਼ਤੇਦਾਰ ਜਾਂ ਹੋਰ ਸੱਜਣ ਮਿੱਤਰਾਂ ਦੇ ਗੁੱਡ ਮਾਰਨਿੰਗ ਵਾਲੇ ਮੈਸੇਜ ਸਾਨੂੰ ਜ਼ਰੂਰ ਆਏ ਹੁੰਦੇ ਹਨ। ਅਸੀਂ ਇਸ ਨੂੰ ਦੇਖਦੇ ਕਈ ਵਾਰ ਤਾਂ ਗੁੱਸੇ ਹੁੰਦੇ ਹਾਂ ਅਤੇ ਕਈ ਵਾਰ ਕਹਿੰਦੇ ਹਾਂ ਚੱਲ ਯਾਰ ਕੋਈ ਤਾਂ ਹੈ ਜਿਹੜਾ ਸਾਨੂੰ ਯਾਦ ਕਰਦਾ, ਪਰ ਸ਼ਾਇਦ ਹੁਣ ਸਾਨੂੰ ਇਹ ਮੈਸੇਜ ਨਾ ਆਉਣ ਕਿਉਂਕਿ ਭਾਰਤ ਸਰਕਾਰ ਅਤੇ ਵਟਸਐਪ ਦੋਵੇਂ ਅੱਜ ਕੱਲ੍ਹ ਕੋਰਟ ਕਚਹਿਰੀ ਹੋਏ ਪਏ ਨੇ। ਦੋਵਾਂ ਵਿਚਕਾਰ ਕੰਮ ਕਾਫੀ ਵੱਧ ਗਿਆ ਹੈ। ਵਟਸਐਪ ਨੇ ਭਾਰਤ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹਨਾਂ ਦੇ ਇਨਕ੍ਰਿਪਸ਼ਨ ਵਿੱਚ ਛੇੜਛਾੜ ਹੋਈ ਤਾਂ ਉਹ ਭਾਰਤ ਨੂੰ ਸਤਿ ਸ੍ਰੀ ਅਕਾਲ ਕਹਿ ਸਕਦਾ ਹੈ। ਪਰ ਇਹ ਨੌਬਤ ਆਈ ਕਿਉਂ? ਮਾਮਲਾ ਹੈ ਭਾਰਤ ਸਰਕਾਰ ਵੱਲੋਂ ਨਵੇਂ IT ਰੂਲਾਂ ਵਿੱਚ ਕੀਤੇ ਸੋਧਾਂ ਨੂੰ ਲੈ ਕੇ, ਜਿਨ੍ਹਾਂ ਨੂੰ ਲੈ ਕੇ ਮੈਟਾ ਦੇ ਦੋ ਵੱਡੇ ਪਲੇਟਫਾਰਮ ਵਟਸਐਪ ਅਤੇ ਫੇਸਬੁੱਕ ਨੇ ਸੁਪਰੀਮ ਕੋਰਟ ਵਿੱਚ ਇੱਕ ਯਾਚਿਕਾ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ ਇਹ ਯਾਚਿਕਾ ਦਿੱਲੀ ਹਾਈ ਕੋਰਟ ਨੂੰ ਸੌਂਪ ਦਿੱਤੀ। ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਵਟਸਐਪ ਵਾਲਿਆਂ ਨੇ ਕਿਹਾ ਕਿ ਨਵੇਂ IT ਨਿਯਮਾਂ ਕਰਕੇ ਵਟਸਐਪ ਦੇ ਯੂਜਕਰਤਾਵਾਂ ਦੀ ਪ੍ਰਾਈਵੇਸੀ ਨੂੰ ਖਤਰਾ ਹੈ। ਇਸ ਮਾਮਲੇ ਦੀ ਸੁਣਵਾਈ ਦਿੱਲੀ ਹਾਈ ਕੋਰਟ ਦੇ ਐਕਟਿਵ ਚੀਫ ਜਸਟਿਸ ਮਨਮੋਹਨ ਅਤੇ ਜਸਟਿਸ ਮਨਪ੍ਰੀਤ ਪ੍ਰੀਤਮ ਅਰੋੜਾ ਦੀ ਬੈਂਚ ਕਰ ਰਹੀ ਹੈ। ਬਾਰ ਅਤੇ ਬੈਂਚ ਦੀ ਰਿਪੋਰਟ ਦੇ ਮੁਤਾਬਕ ਵਟਸਐਪ ਵੱਲੋਂ ਵਕੀਲ ਤੇਜਸ ਕਰੀਆ ਅਤੇ ਸਰਕਾਰ ਵੱਲੋਂ ਕੀਰਤੀਮਾਨ ਸਿੰਘ ਦਲੀਲਾਂ ਦੇ ਰਹੇ ਹਨ। ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਕੋਰਟ ਨੇ 14 ਅਗਸਤ ਅਗਲੀ ਤਰੀਕ ਦੇ ਦਿੱਤੀ ਹੈ। ਜਿਸ ਪਿੱਛੇ ਹੋ ਹੱਲਾ ਅਤੇ ਗੱਲ ਕੋਰਟ ਕਚਹਿਰੀ ਤੱਕ ਪਹੁੰਚੀ ਉਹ ਹੈ ਅਨਕ੍ਰਿਪਸ਼ਨ। ਬਿਨਾਂ ਲਾਗ ਲਪੇਟ ਦੇ ਕਹੀਏ, ਜਿਵੇਂ ਮੇਰੀ ਮੰਮੀ ਮੈਨੂੰ ਕਹਿਣ ਕਿ ਜਾ ਕੇ ਦੁਕਾਨ ਤੋਂ 1 ਕਿਲੋ ਆਲੂ ਲਿਆ। ਜੇਕਰ ਇਹ ਗੱਲ ਮੇਰੀ ਮੰਮੀ ਸਾਰਿਆਂ ਦੇ ਸਾਹਮਣੇ ਕਹਿਣ ਤਾਂ ਇਸ ਵਿੱਚ ਕੋਈ ਗੱਲ ਛਿਪਦੀ ਨਹੀਂ, ਅਤੇ ਇਹੀ ਗੱਲ ਮੇਰੀ ਮੰਮੀ ਕਿਸੇ ਕਾਗਜ਼ 'ਤੇ ਲਿਖ ਕੇ ਕਹਿਣ ਤਾਂ ਗੱਲ ਮੇਰੀ ਅਤੇ ਮੇਰੀ ਮੰਮੀ ਦੇ ਵਿਚਕਾਰ ਹੀ ਰਹੇਗੀ। ਇਹ ਕਾਗਜ਼ 'ਤੇ ਲਿਖੀ ਗੱਲ ਅਨਕ੍ਰਿਪਸ਼ਨ ਹੈ, ਯਾਨੀ ਕਿ ਵਟਸਐਪ ਦੀ ਭਾਸ਼ਾ ਵਿੱਚ ਕਹੀਏ ਤਾਂ ਇਸ ਨੂੰ ਯੂਜ ਕਰਨ ਵਾਲੇ ਦੀ ਪ੍ਰਾਈਵੇਸੀ। ਜੇਕਰ ਮੈਂ ਮੇਰੇ ਘਰਦਿਆਂ ਨੂੰ ਮੈਸੇਜ ਭੇਜਦਾ ਹਾਂ ਤਾਂ ਉਹ ਇੱਕ ਕੋਡ ਦੇ ਰੂਪ ਵਿੱਚ ਉਹਨਾਂ ਕੋਲ ਪਹੁੰਚਦਾ ਹੈ। ਇਸ ਦਰਮਿਆਨ ਉਸ ਨੂੰ ਕਿਸੇ ਨੂੰ ਵੀ ਪੜ੍ਹਨ ਦਾ ਵਿੱਚ ਮੌਕਾ ਨਹੀਂ ਮਿਲਦਾ। ਇੱਕ ਤਰੀਕੇ ਨਾਲ ਕਹੀਏ ਤਾਂ ਗੁਪਤ ਲੇਖਣ। ਵਟਸਐਪ ਅਤੇ ਇਸ ਦੀ ਮੂਲ ਕੰਪਨੀ ਮੈਟਾ ਸਿਰਫ ਇੱਕ ਮਾਧਿਅਮ ਵਜੋਂ ਕੰਮ ਕਰਦੇ ਹਨ, ਪਰ 2021 ਦੇ IT ਨਿਯਮਾਂ ਦੇ ਤਹਿਤ ਜੇਕਰ ਉਸਨੇ ਮੈਸੇਜ ਨੂੰ ਡੀਕ੍ਰਿਪਟ ਕਰਨਾ ਹੈ ਤਾਂ ਉਸਨੂੰ ਹਰ ਮੈਸੇਜ ਦਾ ਰਿਕਾਰਡ ਰੱਖਣਾ ਹੋਵੇਗਾ, ਯਾਨੀ ਕਿ ਲੱਖਾਂ ਕਰੋੜਾਂ ਮੈਸੇਜਾਂ ਦਾ ਰਿਕਾਰਡ। ਬਸ ਇਸੇ ਗੱਲ ਤੋਂ ਵਟਸਐਪ ਵਾਲੇ ਨਾਰਾਜ਼ ਹਨ ਅਤੇ ਗੱਲ ਕੋਰਟ ਕਚਹਿਰੀ ਪਹੁੰਚੀ ਹੋਈ ਹੈ। ਪਰ ਅਗਲੀ ਸੁਣਵਾਈ ਅਗਸਤ ਵਿੱਚ, ਉਦੋਂ ਤੱਕ ਤੁਸੀਂ ਗੁੱਡ ਮਾਰਨਿੰਗ ਭੇਜ ਸਕਦੇ ਹੋ ਤਾਂ ਜੋ ਤੁਹਾਡੇ ਰਿਸ਼ਤੇਦਾਰ ਨਾਰਾਜ਼ ਨਾ ਹੋਣ। ਇਹ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਇੱਦਾਂ ਦੀਆਂ ਹੀ ਹੋਰ ਖਬਰਾਂ ਨੂੰ ਦੇਖਣ ਲਈ ਜੁੜੇ ਰਹੋ ਕ੍ਰਿਸ਼ੀ ਜਾਗਰਣ ਦੇ ਨਾਲ। ਧੰਨਵਾਦ।